ਪੂਰੇ ਭਾਰਤ ਦੇ ਵਿੱਚ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ 2 ਲੱਖ ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਦੇ ਨਾਲ ਦਿਨੋ ਦਿਨ ਹੋ ਰਹੀਆਂ ਵਧੀਕੀਆਂ ਦੇ ਚਲਦੇ ਅੱਜ ਸਾਰੇ ਹੀ ਡਾਕਟਰਾਂ ਦੇ ਵੱਲੋਂ ਮੁਕੰਮਲ ਤੌਰ ਦੇ ਉੱਤੇ ਹੜਤਾਲ ਕੀਤੀ ਗਈ ਹੈ, ਜਿਸ ਦੇ ਚਲਦੇ ਰਿਆਸਤੀ ਸ਼ਹਿਰ ਨਾਭਾ ਦੇ ਦਰਜਨਾਂ ਡਾਕਟਰਾਂ ਦੇ ਵੱਲੋਂ ਮੁਕੰਮਲ ਤੌਰ ਦੇ ਉੱਤੇ ਹਸਪਤਾਲਾਂ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਟਰਾਂ ਦੇ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਡਾਕਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਹ ਜਿਹੜੀ ਸਟ੍ਰਾਈਕ ਹੈ ਅੱਜ ਨੈਸ਼ਨ ਵਾਈਡ ਸਟ੍ਰਾਈਕ ਹੈ, ਸਾਰੇ ਹਿੰਦੁਸਤਾਨ ਦੇ ਤਕਰੀਬਨ 2 ਲੱਖ ਡਾਕਟਰ ਜਿਹੜੇ ਹੈ ਅੱਜ ਦਿੱਲੀ ਚਲੋ ਜਿਹੜੀ ਮੂਵਮੈਂਟ ਹੈ IMA ਦੀ ਉਹਦੇ ਤਹਿਤ ਦਿੱਲੀ ਪਹੁੰਚੇ ਹੈ ਅਤੇ ਤਕਰੀਬਨ 50% ਡਾਕਟਰ ਨਾਭੇ ਦੇ IMA ਦੇ ਉਹ ਵੀ ਦਿੱਲੀ ਪਹੁੰਚੇ ਹੈ। ਬਾਕੀ ਦੇ ਡਾਕਟਰ ਨੇ ਸਾਰਿਆਂ ਨੇ ਅੱਜ ਇੱਕ ਰੈਲੀ ਕੀਤੀ ਹੈ ਅਤੇ ਅਸੀਂ ਆਪਣਾ ਇੱਕ ਮੈਮੋਰੈਂਡਮ SDM ਆਫਿਸ ਨੂੰ ਦਿੱਤਾ ਹੈਗਾ ਅਤੇ ਉਹਦੇ 'ਚ ਸਾਡੀ ਜਿਹੜੀ ਡਿਮਾਂਡਸ ਹੈ ਜਿਹੜੀਆਂ ਇਹ ਸਟ੍ਰਾਈਕ ਕਿਉਂ ਕੀਤੀ ਹੈ, ਇਹਦਾ ਕਾਰਨ ਹੈ ਕਿ ਜਿਹੜੇ ਰੋਜ਼ਮਰਾ ਜ਼ਿੰਦਗੀ 'ਚ ਜਿਹੜੇ ਦਿਨ ਦਿਹਾੜੇ ਹੋਸਪਿਟਲ ਦੇ ਵਿੱਚ ਜਿਹੜੀ ਹੈ ਅਟੈਕਸ ਹੋ ਰਹੇ ਹੈ ਡਾਕਟਰ ਦੇ ਉੱਤੇ, ਗੁੰਡਾਗਰਦੀ ਹੋ ਰਹੀ ਹੈ, ਡਾਕਟਰ ਨੂੰ ਛੋਟੇ ਛੋਟੇ ਕਲੈਰੀਕਲ ਮਿਸਟੇਕਸ ਦੇ ਸਿਰ 'ਤੇ ਜਿਹੜੀਆਂ ਉਹਨਾਂ ਦੇ ਕੇਸ ਰਜਿਸਟਰ ਕੀਤੇ ਜਾ ਰਹੇ ਹੈ ਡਾਕਟਰਾਂ ਦੇ ਖਿਲਾਫ, ਜਨਰਲ ਪਬਲਿਕ ਜਿਹੜੀ ਹੈ ਉਹਦੇ ਮਤਲਬ ਲਾ ਐਂਡ ਆਰਡਰ ਨੂੰ ਆਪਣੇ ਹੱਥ 'ਚ ਲੈ ਕੇ ਡਾਕਟਰਾਂ 'ਤੇ ਅਟੈਕ ਕਰ ਰਹੀ ਹੈ ਅਤੇ ਪਰ ਗੌਰਮੈਂਟ ਇਹਦੇ ਬਾਰੇ ਬਿਲਕੁਲ ਚੁੱਪ ਹੈ। ਗੌਰਮੈਂਟ ਕੋਈ ਸਖ਼ਤ ਕੋਈ ਕ੍ਰਿਮੀਨਲ ਪ੍ਰੋਸੀਜਰ ਉਹਨਾਂ ਬੰਦਿਆਂ ਦੇ ਖਿਲਾਫ, ਉਹਨਾਂ ਦੰਗਾਕਾਰਤਾਂ ਦੇ ਖਿਲਾਫ ਨਹੀਂ ਹੈ। ਅਤੇ ਦੂਜਾ ਜਿਹੜਾ ਹੈਗਾ ਕਿ ਜਿਹੜੀ ਡਾਕਟਰਾਂ ਦੇ ਰਾਈਟ ਨੇ ਪ੍ਰਸਕ੍ਰਿਪਸ਼ਨ ਦੇ, ਦਿਨ ਦਿਹਾੜੇ ਕੈਮਿਸਟ ਸ਼ੋਪਸ 'ਤੇ ਦਵਾਈਆਂ ਵਿਕਦੀਆਂ ਬਿਨਾਂ ਡਾਕਟਰ ਦੀ ਪਰਚੀ ਦਿਓ, ਅਤੇ ਜਿਹੜੀਆਂ ਬਿਲਕੁਲ ਹੈਵੀ ਜਿਹੜੇ ਨੇ ਕੋਰਸ ਜਿਹੜੀਆਂ ਨੇ ਉਹਦੇ 'ਤੇ ਕੋਈ ਕੈਪਿੰਗ ਨਹੀਂ ਹੈ, ਜਿਹੜੇ ਉਹਨਾਂ 'ਤੇ ਜੁਰਮਾਨੇ ਲਗਾ ਰਹੀ ਹੈ ਡਾਕਟਰਾਂ ਦੇ ਉੱਤੇ ਕੋਰਸ, ਕਰੋੜਾਂ ਰੁਪਏ ਦੇ ਜੁਰਮਾਨੇ ਲਗਾ ਦਿੰਦੀ ਹੈ ਬਿਨਾਂ ਕੇਸ ਦੀ ਗਹਿਰਾਈ ਵਿੱਚ ਹੀ ਗਏ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਵੀ ਡਾਕਟਰਾਂ ਦੇ ਨਾਲ ਜਿਹੜੀ ਇਹ ਧੱਕੇਸ਼ਾਹੀ ਹੋ ਰਹੀ ਹੈ ਇਹਦੇ ਖਿਲਾਫ ਜਿਹੜੀ ਇਹ ਸਟ੍ਰਾਈਕ, ਇਹਦੇ 'ਚ ਜਿਹੜਾ ਥੋੜ੍ਹਾ ਬਹੁਤ ਗੈਪ ਆ ਗਿਆ ਲੋਕਾਂ ਦੇ ਸੋਚਣੀ ਔਰ ਡਾਕਟਰੀ ਪ੍ਰੋਫੈਸ਼ਨ ਦੇ ਖਿਲਾਫ ਜਿਹੜੇ ਉੱਥੇ ਅਣਸਮਾਜਿਕ ਤੱਤ ਨੇ ਉਹ ਬਿਨਾਂ ਕਿਸੇ ਆਪਣਾ ਸੋਚੇ ਸਮਝੇ ਇਮੋਸ਼ਨਲ ਹੋ ਕੇ ਉਸ ਵਕਤ ਆਪਣੇ ਜਿਹੜੇ ਹੈ ਆਪਣਾ ਕਾਨੂੰਨ ਆਪਣੇ ਹੱਥ 'ਚ ਲੈਂਦੇ ਨੇ। ਸੋ ਇਹਦੇ 'ਤੇ ਕਰੜੇ ਕਾਨੂੰਨ ਹੋਣ, ਡਾਕਟਰਾਂ ਨੂੰ ਉਸ ਕਾਨੂੰਨ ਦੀ ਪ੍ਰੋਟੈਕਸ਼ਨ ਹੋਵੇ, ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਉਹਦੇ ਨਾਲ ਹੀ ਇਹ ਡੈਟਰ ਹੋਣਗੇ ਲੋਕ। ਦੇਖੋ ਜਿਹੜੀ ਸਟ੍ਰਾਈਕ ਦਾ ਮੁੱਦਾ ਹੈ ਇਹ ਕਾਫੀ ਚਿਰ ਤੋਂ ਸੋਚਿਆ ਵਿਚਾਰਿਆ ਜਾ ਰਿਹਾ ਸੀਗਾ, ਬੜੇ ਕਈ ਵਾਰੀ ਮਾੜੀ ਜਾਂ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਡਾਕਟਰਸ ਨੂੰ, ਉਹਨਾਂ 'ਤੇ ਅਟੈਕ ਕੀਤੇ ਜਾਂਦੇ ਨੇ, ਸ਼ੀਸ਼ਿਆਂ ਦੀ ਭੰਨਤੋੜ ਕੀਤੀ ਜਾਂਦੀ ਹੈ ਹੋਸਪਿਟਲ 'ਚ, ਜਿਹੜੇ ਅਟੈਕ ਕੀਤੇ ਜਾਂਦੇ ਨੇ। ਅਸੀਂ ਮੰਨਦੇ ਹਾਂ ਕਿ ਕਈ ਵਾਰੀ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਮਰੀਜ਼ਾਂ ਦੇ ਨਾਲ, ਪੇਸ਼ੈਂਟ ਦੀਆਂ, ਪਰ ਡਾਕਟਰ ਆਪਣੇ ਵੱਲੋਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ, ਪਰ ਇਸ ਦੇ ਬਾਵਜੂਦ ਕਈ ਵਾਰੀ ਚੀਜ਼ਾਂ ਹੱਥ ਦੇ ਵਿੱਚ ਨਹੀਂ ਹੁੰਦੀਆਂ ਅਤੇ ਚੀਜ਼ਾਂ ਪਹਿਲੀ ਪੇਸ਼ੈਂਟ ਕਾਫੀ ਦੇਰ ਨਾਲ ਆਇਆ ਹੁੰਦਾ ਜਾਂ ਹਰ ਚੀਜ਼ ਪੋਸੀਬਲ ਹੀ ਨਹੀਂ ਹੁੰਦੀ ਕਿ ਹਰ ਵਾਰੀ ਠੀਕ 100% ਠੀਕ ਹੋ ਕੇ ਭੇਜੇ, ਅਤੇ ਡਾਕਟਰ ਨੂੰ ਤੁਸੀਂ ਰੱਬ ਨਹੀਂ ਸਮਝ ਸਕਦੇ, ਰੱਬ ਹੀ ਬਚਾ ਸਕਦਾ। ਅਸੀਂ ਤਾਂ ਆਪਣੇ ਵੱਲੋਂ ਆਪਣੀ ਜੋ ਤਜ਼ਰਬੇ ਦੇ ਮੁਤਾਬਕ, ਆਪਣੀ ਲਿਆਕਤ ਦੇ ਮੁਤਾਬਕ ਬੈਸਟ ਦੇਣ ਦੀ ਡਾਕਟਰ ਕੋਸ਼ਿਸ਼ ਕਰਦਾ ਅਤੇ ਬਾਕੀ ਤਾਂ ਉੱਪਰ ਮਾਲਕ ਦੇ ਹੱਥ ਹੈ। ਸੋ IMA ਆਲ ਇੰਡੀਆ ਲੈਵਲ 'ਤੇ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਨੇ ਉਹਦੀ ਨਿੰਦਾ ਕਰਦੀ ਹੈ ਅਤੇ ਅੱਜ ਉਸ ਦੇ ਖਿਲਾਫ਼ ਹੀ ਅੱਜ ਸਟ੍ਰਾਈਕ ਕੀਤੀ ਗਈ ਹੈ ਅਤੇ ਮੰਗ ਪੱਤਰ ਦਿੱਤਾ ਗਿਆ ਤਹਿਸੀਲਦਾਰ ਸਾਹਿਬ ਨੂੰ। ਦੇਖੋ ਜੇ ਆਪਾਂ ਇਸ ਸ਼ਹਿਰ ਦੀ ਗੱਲ ਕਰੀਏ ਤਾਂ ਜਿੱਥੇ ਤੱਕ ਮੈਨੂੰ ਯਾਦ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਡਿਮਾਂਡ ਚੱਲਦੀ ਆ ਰਹੀ ਹੈ ਕਿ ਉੱਥੇ ਪੁਲਿਸ ਚੌਕੀ ਹੋਣੀ ਚਾਹੀਦੀ ਹੈ, ਰੈਦਰ ਹਰ ਹਸਪਤਾਲ ਦੇ ਵਿੱਚ ਪੁਲਿਸ ਚੌਕੀ ਹੋਣੀ ਚਾਹੀਦੀ ਹੈ ਤਾਂ ਕਿ ਘੱਟੋ ਘੱਟ ਡਾਕਟਰ ਇੱਕ ਸੇਫ ਮਾਹੌਲ ਦੇ ਵਿੱਚ ਕੰਮ ਕਰ ਸਕਣ। ਕਦੇ ਕੋਈ ਗੁੰਡਾ ਅੰਸਰ ਆ ਜਾਂਦੇ ਨੇ ਰਾਤ ਨੂੰ, ਉਹ ਈਵਨ ਮਰੀਜ਼ਾਂ ਦੀ ਵੀ ਕੁਟਾਪਾ ਕਰ ਜਾਂਦੇ ਨੇ, ਕਦੇ ਡਾਕਟਰਸ ਦੇ ਅਟੈਕ ਹੁੰਦਾ। ਸੋ ਜਿਹੜੀ ਪੁਲਿਸ ਚੌਕੀ ਹੈ ਉਹ ਤਾਂ ਇੱਕ ਬਣਨੀ ਇੱਕ ਬਹੁਤ ਜ਼ਰੂਰੀ ਲਾਜ਼ਮੀ ਹੈ ਅਤੇ ਮੇਰੇ ਖਿਆਲ ਨਾਲ ਕਾਨੂੰਨ ਦੇ ਵਿੱਚ ਹੋਣਾ ਚਾਹੀਦਾ ਕਿ ਜਿਸ
ਜਿੱਥੇ ਸਰਕਾਰੀ ਹਸਪਤਾਲ ਹੈ, ਸਿਵਲ ਹਸਪਤਾਲ ਹੈ, ਜਿੱਥੇ ਮੈਡੀਕਲ ਲੀਗਲ ਕੇਸਿਸ ਹੁੰਦੇ ਨੇ, ਉੱਥੇ ਸਰਕਾਰੀ ਚੌਕੀ ਦਾ ਹੋਣਾ, ਪੁਲਿਸ ਚੌਕੀ ਦਾ ਹੋਣਾ ਲਾਜ਼ਮੀ ਹੋਣਾ ਚਾਹੀਦਾ। ਮੇਰਾ ਰਾਤ ਤੋਂ ਬੀਪੀ ਵਧਿਆ ਹੋਇਆ ਲੱਗਦਾ ਸੀ ਮੈਨੂੰ, ਅਤੇ ਮੈਂ ਆਇਆ ਸੀ ਹੋਸਪਿਟਲ ਵੀ ਜੇ ਮੇਰਾ ਬੀਪੀ ਵਧਿਆ ਹੋਇਆ ਤਾਂ ਡਾਕਟਰ ਤੋਂ ਦਵਾਈ ਪ੍ਰਿਸਕ੍ਰਿਪਸ਼ਨ ਲੈ ਲਵਾਂਗਾ। ਬਟ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਡਾਕਟਰ ਹੜਤਾਲ 'ਤੇ ਨੇ, ਅਤੇ ਸਾਨੂੰ ਨਾ ਤਾਂ ਕੋਈ ਬਹੁਤਾ ਪਹਿਲਾਂ ਪਤਾ ਸੀਗਾ, ਆਮ ਜਨਤਾ ਨੂੰ ਵੀ ਨਹੀਂ ਸੀ ਪਤਾ। ਹੁਣ ਜਦੋਂ ਇੱਥੇ ਆਏ ਹਾਂ ਤਾਂ ਸਾਨੂੰ ਪਤਾ ਲੱਗਿਆ ਵੀ ਇੱਥੇ ਹੜਤਾਲ ਹੈ, ਅਤੇ ਹੁਣ ਆਮ ਮਰੀਜ਼ ਦਾ ਵੇਖ ਲਓ ਕੀ ਹਾਲ, ਉੱਤੋਂ ਗਰਮੀ ਹੈ ਇੰਨੀ, ਅਤੇ ਸਡਨਲੀ ਜਿੰਨੀ ਗਰਮੀ ਹੈ ਤਾਂ ਹੋਰ ਵੀ ਲੋਕਾਂ ਨੂੰ, ਮੇਰੇ ਵਰਗੇ ਨੂੰ ਤਾਂ ਹੋਰ ਵੀ ਦਿੱਕਤਾਂ ਆਉਂਦੀਆਂ ਹੋਣਗੀਆਂ। ਅਤੇ ਜਦੋਂ ਇੱਥੇ ਡਾਕਟਰ ਨਹੀਂ ਮਿਲਦੇ ਜਾਂ ਹੜਤਾਲ ਹੁੰਦੀ ਹੈ, ਅਤੇ ਉਹ ਆਮ ਬੰਦੇ ਨੂੰ ਹੀ ਇਹਦਾ ਖਮਿਆਜ਼ਾ ਭੁਗਤਣਾ ਪੈਂਦਾ ਜਿਹੜੇ ਮਰੀਜ਼ ਨੇ। ਅਤੇ ਜਿਹੜਾ ਮੈਨੂੰ ਪਤਾ ਲੱਗਿਆ ਵੀ ਹੜਤਾਲ ਕਿਸ ਗੱਲੋਂ ਕੀਤੀ ਆ, ਪੁੱਛਿਆ ਇੱਥੇ ਕਿਸੇ ਤੋਂ, ਕਹਿੰਦੇ ਵੀ ਇਹਨਾਂ 'ਤੇ ਕੋਈ ਹਮਲੇ ਹੁਮਲੇ ਹੁੰਦੇ ਨੇ ਡਾਕਟਰਾਂ 'ਤੇ, ਅਤੇ ਉਹਦੇ ਅਗੇਂਸਟ ਇਹਨਾਂ ਨੇ ਵਿਰੋਧ ਦਰਜ ਕਰਾਇਆ। ਪਰ ਉਹ ਕੁਛ ਬੰਦਿਆਂ ਦੇ ਜਿਹੜੇ ਮਾੜੇ ਅਨਸਰ ਨੇ, ਉਹਨਾਂ ਦੇ ਕਰਕੇ ਹਰ ਇੱਕ ਆਮ ਬੰਦੇ ਨੂੰ ਉਹਦਾ ਖਮਿਆਜ਼ਾ ਭੁਗਤਣਾ ਪਵੇ, ਇਹ ਨਜਾਇਜ਼ ਗੱਲ ਹੈ। ਇਹ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ, ਅਸੀਂ FDFR ਰਾਹੀਂ DFR ਰਾਹੀਂ ਗੌਰਮੈਂਟ ਨੂੰ ਭੇਜ ਦਿੱਤਾ ਜਾਊਗਾ ਜੀ। ਡਾਕਟਰਾਂ ਦੀ ਅੱਜ ਦੀ ਸਟ੍ਰਾਈਕ ਸੰਬੰਧੀ ਇਹ ਮੰਗ ਪੱਤਰ ਦੇ ਕੇ ਗਏ ਨੇ। ਧੰਨਵਾਦ ਜੀ। ਨਾਭਾ ਤੋਂ ਡਿੰਪਲ ਸ਼ਰਮਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।